ਤੇ ਗਾਇਸ ਟਾਈਮ ਹੋ ਰਿਹਾ ਦੁਪਹਿਰ ਦੇ 2 ਅੱਜ ਵੈਸੇ ਮੈਂ 12 ਵਜੇ ਵੀਡੀਓ ਪਾਣਾ ਪਰ ਅੱਜ 2 ਵਜੇ ਆਪਾਂ ਵੀਡੀਓ ਪਾਈ ਆ ਵਾਲੀ ਦੇਖੋ ਫੇਅਰ ਇਨ ਪੰਜਾਬ ਹੋਪ ਸੋ ਤੁਹਾਨੇ ਸਭ ਨੇ ਦੇਖ ਲਈ ਹੋਏਗੀ ਐਂਡ ਕਾਫੀ ਅੱਛਾ ਇੰਟਰਸਟ ਦਿਖਾ ਰਹੇ ਹੋ ਵਲੌਗਸ ਤੇ ਅੱਜ ਥੋੜਾ ਪਲਾਨ ਹੈ ਕਿ ਕਾਈਟ ਦਾ ਮਤਲਬ ਮੌਸਮ ਸ਼ੁਰੂ ਹੋ ਚੁੱਕਿਆ ਬਹੁਤ ਪਤੰਗਾਂ ਉੱਡਣੀਆਂ ਸ਼ੁਰੂ ਹੋ ਚੁੱਕੀਆਂ ਅੱਜ ਹੈਗਾ ਸੰਡੇ ਤਾਂ ਸੋਚਿਆ ਕਾਈਟ ਫਲਾਇੰਗ ਦਾ ਕੁਝ ਮਤਲਬ ਵਲੌਗ ਬਣਾ ਲਈਏ ਕਿਉਂਕਿ ਬਹੁਤ ਵਲੌਗ ਹਲੇ ਬਣਾਉਣੇ ਆ ਕਾਈਟ ਦੇ ਤਾਂ ਠੀਕ ਹੈ ਇਸ ਵਲੌਗ 'ਚ ਆਪਾਂ ਕਾਈਟ ਉਡਾਵਾਂਗੇ ਪਹਿਲਾਂ ਮੈਂ ਆਪਣੇ ਫਰੈਂਡ ਦੇ ਘਰ ਜਾਵਾਂਗਾ ਵੈਲਕਮ ਬੈਕ ਟੂ ਈ ਚੈਨਲ ਗਾਇਸ ਹੋਪ ਤੁਸੀਂ ਸਾਰੇ ਜਣੇ ਘੈਂਟ ਹੋਗੇ ਤਾਂ ਪਹਿਲਾਂ ਫਰੈਂਡ ਦੇ ਘਰ ਜਾਵਾਂਗਾ ਉਹਦੇ ਘਰ ਹੀ ਜਾ ਕੇ ਦੇਖਾਂਗਾ ਮਤਲਬ ਜੇ ਪਤੰਗ ਵਗੈਰਾ ਉਡਾ ਲਈ ਕਿਉਂਕਿ ਮੇਰੇ ਕੋਲ ਤਾਂ ਫਿਲਹਾਲ ਕੁਝ ਨਹੀਂ ਹੈ ਉਸ ਕੋਲ ਸ਼ਾਇਦ ਕੁਝ ਨਾ ਕੁਝ ਹੋਏਗਾ ਤਾਂ ਠੀਕ ਹੈ ਜਾ ਕੇ ਮਿਲਦੇ ਹਾਂ ਕੀ ਹਾਲ ਹੈ ਹੈਲੋ ਗਾਇਸ ਉਹ ਗਾਇਸ ਉਹਨਾਂ ਨੇ ਲਿਆ ਗਾਇਸ ਤੂੰ ਆਪਣਾ ਵੀਰ ਹੈ ਯਾਰ ਤੇ ਗਾਇਸ ਇੰਨਾ ਲੱਪਾ ਪਤੰਗ ਉਡਾਵਾਂਗੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਤੰਗਾ ਉੱਡ ਰਹੀ ਹੈ ਮੇਰੇ ਖਿਆਲ ਵਲੌਗ 'ਚ ਦਿਖਦਾ ਤਾਂ ਨਹੀਂ ਬਟ ਠੀਕ ਹੈ ਪਹਿਲਾ ਪੇਚੇ ਪਾਉਣ ਦੀ ਮੈਂ ਤਿਆਰੀ 'ਚ ਹਾਂ ਤੇ ਪਹਿਲੀ ਪਤੰਗ ਆਪਾਂ ਕੱਟਾਂਗੇ ਤਾਂ ਠੀਕ ਹੈ ਆ ਦੇਖੋ ਜੀ ਗਾਇਸ ਪਤੰਗ ਲੁਟੇਰੇ ਬਾਜ ਆ ਗਏ ਉਰੇ ਉਸ ਕੋਠੇ ਤੋਂ ਉਸ ਕੋਠੇ ਤੇ ਆਇਆ ਤੇ ਪਤੰਗ ਲਈ ਬਹੁਤ ਕੁਝ ਕਰਦੇ ਆ ਯਾਰ ਸੱਚੀ ਲੋਕੀ ਉਹ ਦੇਖ ਫਾੜਦੇ ਫਾਇਦਾ ਕੀ ਹੋਇਆ ਉਹ ਪਤੰਗ ਹੁਣੀ ਪਹਿਲੀ ਉਡਾਣੀ ਸ਼ੁਰੂ ਕੀਤੀ ਸੀ ਤਾਂ ਕਿੱਥੇ ਪਹੁੰਚਾਦੇ ਤੇ ਪੇਚਾ ਪੈਣ ਲੱਗਾ ਇਹ ਤੁਹਾਨੂੰ ਦਿਖਾਏਗਾ ਉੱਪਰ ਦੇਖ ਸਕਦੇ ਹੋ ਇਹ ਵਾਲੀ ਪਤੰਗ ਮੇਰੀ ਹੈ ਜਿਹੜੀ ਫਿਲਹਾਲ ਉੱਪਰ ਉੱਪਰ ਜਾ ਰਹੀ ਹੈ ਉਹ ਨੀਚੇ ਵਾਲੀ ਪਤੰਗ ਪੇਚਾ ਪਾ ਰਹੀ ਹੈ ਤੇ ਪੈ ਗਿਆ ਪੇਚਾ ਪੇਚਾ ਪਿਆ ਦਾ ਬਹੁਤ ਆਪਣੀ ਪਤੰਗ ਗਈ ਹੈ ਕੱਟ ਗਾਇਸ ਐਜ਼ ਆਲਵੇਜ਼ ਜੋ ਕਿ ਪਤਾ ਸੀਗਾ ਵੈਸੇ ਹੁਣ ਆਪਾਂ ਹਾਰ ਨਹੀਂ ਮੰਨੀ ਹਲੇ ਸਟਾਰਟ ਹੋਇਆ ਜਸਟ ਗਾਇਸ ਆਪਣੀ ਪਤੰਗਾਂ ਮੁੱਕ ਗਿਆ ਇਹ ਨੀਚੋਂ ਲੈਣ ਜਾ ਰਿਹਾ ਭਾਰੀ ਵੈਰਾਈਟੀ ਲੈ ਕੇ ਆਏਗਾ ਲੋ ਵੀ ਆਪਣੀ ਪਤੰਗਾਂ ਤਾਂ ਆ ਚੁੱਕੀ ਹੈ ਬਹੁਤ ਵੈਰਾਈਟੀ ਲੈ ਕੇ ਆਇਆ ਦੇਖੋ ਡੋਰ ਡੋਰ ਵੀ ਹੈਗੀ ਆ ਹੁਣ ਇਹਨੂੰ ਉਡਾਵਾਂਗੇ ਤੇ ਇਹ ਮੁੰਡਾ ਪੇਚਾ ਪਾਏਗਾ ਦੇਖਦਾ ਕੀ ਕਰਦਾ ਹੈ ਸਤਿ ਸ਼੍ਰੀ ਅਕਾਲ ਕਿਉਂ ਬੁਲਾ ਰਹੇ ਕੰਨੀ ਵਾਲੀ ਸਪੈਸ਼ਲ ਅਮਰੀਕਾ ਤੋਂ ਬੰਦੇ ਬਣਾਏ ਹੋਏ ਆਪਾਂ ਕਿੱਧਰੋਂ ਆਏ ਹੋ ਮੇਰੇ USA ਤੋਂ ਕਿ ਅਮਰੀਕਾ ਤੋਂ ਬਸ ਇਹ ਤੁਹਾਨੂੰ ਸਿਖਾਏਗਾ ਕੰਨੀਆ ਕਿਵੇਂ ਬੰਨੀ ਦੀ ਹੈ ਹਾਂਜੀ ਸਭ ਤੋਂ ਪਹਿਲਾਂ ਬਾਜ ਲਿੱਤਾ ਤੇ ਮੋਨੀਆਂ ਕਰਨੀ ਪੈਂਦੀਆਂ ਮੋਨੀਆਂ ਮੋਰੀਆਂ ਮੋਰੀਆਂ ਠੀਕ ਛੇਦ ਠੀਕ ਹੈ ਜੀ ਇਹਨੂੰ ਅਸੀਂ ਐਵੇਂ ਛੇਦ ਕਰਾਂਗੇ ਇਹ ਕਿੱਥੇ ਗਾਇਸ ਇਹ ਨਾ ਪ੍ਰੋਫੈਸ਼ਨਲ ਬੰਦਾ ਹੈ ਇਹ ਹਰ ਚੀਜ਼ ਵਿਦ ਸੈਲਫ ਰਿਸਪੈਕਟ ਨਾਲ ਕਰਦਾ ਹੈ ਆਮ ਐਵੇਂ ਤਾਂ ਹਰ ਕੋਈ ਕਰ ਲੈਂਦਾ ਇਹ ਬਸ ਸਪੈਸ਼ਲ ਲੈ ਕੇ ਆਇਆ ਗਾਇਸ ਐਸ ਐਕਸਪੈਕਟਡ ਜਿਹੜਾ ਬੰਦਾ ਹਮੇਸ਼ਾ ਵਲੌਗ 'ਚ ਦੇਖਿਆ ਕੀ ਹਾਲ ਆ ਬਾਈ ਹੈਲੋ ਤਾਂ ਕਰਦੇ ਹੈਲੋ ਇਸ ਤੋਂ ਸ਼ਰਮਾ ਰਿਹਾ ਇਹਨੂੰ ਪਹਿਲੀ ਵਾਰੀ ਮਿਲਿਆ ਤਾਂ ਥੋੜ੍ਹਾ ਘੱਟ ਬੋਲ ਰਿਹਾ ਵੈਸੇ ਬੰਦਾ ਬੜਾ ਤੇਜ਼ ਹੈ ਤੇ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੈ ਪਹਿਲੀ ਪਤੰਗ ਅਸੀਂ ਕਟਵਾ ਲਈ ਸੀ ਫਿਰ ਨਵੀਂ ਸ਼ੁਰੂਆਤ ਕੀਤੀ ਹੈ ਦੂਜੀ ਪਤੰਗ ਦੇਖ ਲਓ ਉੱਧਰ ਉੱਪਰ ਉੱਡ ਰਹੀ ਹੈ ਤੇ ਦੂਜਾ ਵੇਚਾ ਪੈਣ ਲੱਗਾ ਗਾਇਸ ਚੱਕਰ ਪਤਾ ਕੀ ਹੈ ਇਹ ਐਟਮੋਸਫੇਅਰ ਆ ਸਾਥ ਨਹੀਂ ਦੇ ਰਿਹਾ ਜੇ ਐਟਮੋਸਫੇਅਰ ਸਾਥ ਦੇਵੇ ਨਾ ਆਪਾਂ ਕੱਟ ਦਿੰਦੇ ਇਸੇ ਦੇ ਨਾਲ ਫਿਰ ਤੋਂ ਨਿਕਾਮਯਾਬ ਹੁੰਦੇ ਹੋਏ ਡੋਰ ਲਪੇਟੀਏ ਕੀ ਕਹਿਣਾ ਚਾਹੋਗੇ ਵੀਰੇ ਸਾਡੇ ਪੇਚੇ ਬਾਰੇ ਬੜਾ ਓਪੀ ਪੇਚਾ ਪਾਇਆ ਸੀ ਪਤੰਗਾ ਬਹੁਤ ਜ਼ਿਆਦਾ ਉੱਡਦੇ ਆ ਪਰ ਅੱਜ ਨਹੀਂ ਉੱਡ ਰਹੇ ਕਿਉਂਕਿ ਅੱਜ ਠੰਡ ਵੀ ਹੈ ਤੇ ਥੋੜੀ ਥੋੜੀ ਕਿਣਮਿਣ ਬਾਰਿਸ਼ ਵੀ ਪੈ ਰਹੀ ਹੈ ਤਾਂ ਅੱਜ ਪਤੰਗਾ ਨਹੀਂ ਉੱਡ ਰਹੇ ਵੈਸੇ ਬਹੁਤ ਉੱਡਦੇ ਆ ਹੁਣ ਤਾਂ ਪਤੰਗਾ ਦਾ ਮੌਸਮ ਸਟਾਰਟ ਹੋ ਚੁੱਕਿਆ ਹਲੇ ਪਹਿਲਾ ਦਿਨ ਹੈ ਬਹੁਤ ਸਾਰੇ ਪਤੰਗਾ ਦੇ ਵਲੌਗ ਆਉਣ ਲੱਗੇ ਜੇ ਚੈਨਲ ਤੇ ਨਏ ਹੋ ਸਬਸਕ੍ਰਾਈਬ ਕਰ ਲਓ ਜੀ ਪਤੰਗ ਉਡਾਉਂਦੇ ਆ ਦੇਖਦੇ ਆ ਉਸਦਾ ਕੀ ਬਣਦਾ ਹੈ ਹਰੀ ਪਤੰਗ ਉੜ ਚੁੱਕੀ ਹੈ ਜ਼ੂਮ ਜ਼ੂਮ ਮਾਰ ਲੈ ਕਰ ਉਧਰ ਹਰੀ ਪਤੰਗ ਫਿਰ ਉੜ ਚੁੱਕੀ ਹੈ ਇਸ ਵਾਰੀ ਉਸ ਮੁੰਡੇ ਨਾਲ ਪਾਵਾਂਗੇ ਪਿੱਛੇ ਕਿ ਉਧਰ ਮੁੰਡਾ ਖੜਾ ਤੂੰ ਦੀ ਪਤੰਗ ਇਹ ਬਲੂ ਵਾਲੀ ਦਿਖਾ ਦੇ ਉਹ ਰਿਉ ਚੱਲਿਆ ਪੇਚਾ ਪਾਣ ਗਾਇਸ ਆ ਬੰਦਾ ਸਾਡੇ ਨਾਲ ਪੇਚਾ ਪਾਣ ਆ ਰਿਹਾ ਦੇਖੋ ਕੀ ਬਣਦਾ ਹੈ ਤਿਆਰ ਆ ਓਏ ਪੈ ਗਿਆ ਪੈ ਗਿਆ ਨਹੀਂ ਪੈ ਗਿਆ ਰੱਬ ਦਾ ਨਾਲ ਆਪਣੀ ਕੱਟ ਗਈ ਹੈ ਬਟ ਸਹਿਜ ਨੇ ਸੰਭਾਲੀ ਸਿਚੁਏਸ਼ਨ ਬੰਦਾ ਕਹਿੰਦਾ ਗਾਇਸ ਆਪਣੇ ਪੁਆਇੰਟਸ ਹੋ ਗਏ 2 ਤੇ 1 ਮਤਲਬ ਦੂਜੀ ਟੀਮ ਦੇ 2 ਆਪਣਾ ਇੱਕ ਪਤੰਗ ਕੱਟਤਾ ਪਰ ਆਪਾਂ ਕੱਟ ਹੀ ਨਹੀਂ ਸਕਦੇ ਆ ਉਹ ਜਿਹੜਾ ਉੱਪਰ ਉੱਡ ਰਿਹਾ ਨਾ ਮੇਨ ਬੰਦਾ ਉਹਦੀ ਨਹੀਂ ਕੱਟ ਸਕਦੇ ਤਾਂ ਹੁਣ ਉਸ ਨਾਲ ਪੇਚਾ ਪੈਣ ਲੱਗਾ ਦਿਖਾ ਦੇ ਪੈ ਗਿਆ ਪੇਚਾ ਪੈ ਗਿਆ ਤਾਂ ਦੇਖੋ ਗਾਇਸ ਕੀ ਬਣਦਾ ਕੁਝ ਆਈਡੀਆ ਨਹੀਂ ਹੈ ਜੇ ਫਿਰ ਆਪਣੀ ਕੱਟੀ ਗਈ ਇਸ ਤੋਂ ਤਾਂ ਅਸੀਂ ਬੇਇੱਜ਼ਤੀ ਕਰਾ ਲਾਂਗੇ ਆਪਣੀ ਪਤੰਗ ਪੂਰੀ ਟਿੱਕੀ ਪਈ ਹੈ ਸਿਰੇ ਲੱਗੀ ਪਈ ਹੈ ਗ੍ਰੀਨ ਕਲਰ ਦੀ ਆਪਣੀ ਪਤੰਗ
आई वो छे वेरी वर्ड आई वो छे गाइस फाइनली पॉइंट इज 2-2 ते ओरे अपा बन चुके लीगन क्यों भी सारे बड़ा हुन भाई उड़ाएगा पतंग अपनी आला हूँ अपना भरा उड़ा रहा पतंग मजा आ गया यार अपनी हरी पतंग ने अपना नाम रोशन करता पतंग थोड़ी जी ब्लर आ रही होंगी है बट ठीक है जो भी है मजा आ गया मौसम चेक करो गाइस व्हाट अ मौसम इज सो ऑसम गाइस आ मुंडा देख रहे हो इहदी आपां पहला पतंग कट्टी आ मुंडा देख रहे ना इहदी आपां पहला पतंग कट्टी है हुणे फिर तैयारी कर रहे हैं फिर कटांदी दी पतंग दा कलर है पीला ते ब्लू देखदा की बनता है देखो किन्ना जूम किया सी ਤੇ ਗਾਇਸ ਉਹੀ ਮੁੰਡਾ ਆ ਗਿਆ ਜਿਹੜਾ ਮੈਂ ਤੁਹਾਨੂੰ ਦਿਖਾ ਕੇ ਹਟਿਆ ਉੱਪਰ ਦੇਖ ਲਓ ਚਮਾਏ ਵਿੱਚੋਂ ਪੇਚਾ ਪਾਏਗਾ ਤੇ ਆ ਗਿਆ ਉਹ ਜਲਦੀ ਤੇ ਗਾਇਸ ਪੂਰੀ ਤਿਆਰੀ ਹੈ ਉੱਪਰ ਦੇਖ ਲਓ ਪੇਚਾ ਪੈਣ ਲੱਗਾ ਪੈ ਗਿਆ ਨਹੀਂ ਪਿਆ ਪੇਚਾ ਪੈ ਚੁੱਕਾ ਕੀ ਹੋ ਗਿਆ ਤੈਨੂੰ ਗਾਇਸ ਨੂੰ ਚੱਕਰ ਆ ਗਿਆ ਕਹਿੰਦਾ ਆਈ ਕੋ ਖਾਟੇ ਪਤੰਗ ਮੇਰੀ ਉੱਡ ਰਹੀ ਹੈ ਗਾਇਸ ਨਹੀਂ ਬੋਲੇ फिर एक नई उम्मीद लग गया तीजी पतंग देख लो उड़ा दी है चौथी ब्लू कलर की देख लो ते ओ मुंडा हले भी उपर ही है उधर ही है इस वारी दी कटांगे पतंग उतारन दा टाइम सीगा बाकी ठीक है ब्लॉग कंटिन्यू कर दे गाइस बस उदी पतंग तो उन्हें नीचे कर ली पता नहीं अड़ गई शायद दोबारा उड़ान की कोशिश कर रहा है बट फिलहाल अपनी देख लो आसमान कली पतंग उड़ रही है कोई नहीं दिख रही थोड़ा टाइम होर उड़ावांगे फिर अपा भी चले जाएंगे एकदम पतंग कटवा या कट के गाइस एक सस्पेंस की गल दसदा ये घर जिदे मेरे दोस्त के घर है मेरा घर बस जस्ट सामने ही है ये वाला मेरा घर है तो उन्हें देखा होगा तो बहुत सामने सामने साडा घर है साड़ी दोस्ती भी एवं पई है सामने सामने घर की और मेरे की हाल है मिल तो लिया तेन सर गाय जहाज पेचा पाने की कोशिश कर रहा है पर असी कट देना सी भज गया डर के गाय बंदे कोई नहीं आ रहे हूँ आप पतंग उड़ा रहे नीचे ठीक है थक चुके हैं ये भी धीरे भी हाथ खड़े हो चुके हैं उड़ाते डोर लपेटते लपेटते तलावा मैं पा रहे उड़ा ये रहा गाइस मैं सबनों इक्वल देना चल ठीक है गाइस नीचे उतार दे इस तो बाद घर जाके मिलेंगे पैकअप गाइस फाइनली मैं अपने घर वापसी आ चुका तो जिमें कि अज के व्लॉग आप सारी काइट फ्लाइंग की है हाले मैं कल व्लॉग बनाया बट मैं अज फिर स्टार्ट करता क्योंकि छुट्टियां हुई पे स्कूल दिया जिन्हें वो वो व्लॉग बनेंगे आप बनावे बाकी ठीक है एवं हमेशा हर वारी हर व्लॉग में मतलब प्यार देंदे रहो एवं तो दसो किमें काइट फ्लाइंग आप होर की टॉपिक पर वीडियो लैके आईए कमेंट कर दिया करो तो ठीक है ये वाली वीडियो ली इन्ना ही जो थोड़ा ये वाली वीडियो लगी लाइक शेयर सबसक्राइब जरूर करना मिलते हैं अगली वीडियो तद अगली चंगा फिर गाइस जब मैं दो कटाइया ना तो मैं कुछ सोच के कटाइया से कि मैं अगर दो कट्टा ला दी एनीवेज